ਦੋਸਤੋ ਤੁਹਾਡੇ ਮਨ ਵਿੱਚ ਸ਼ਾਇਦ ਕਦੇ ਨਾ ਕਦੇ ਇਹ ਸਵਾਲ ਜ਼ਰੂਰ ਆਇਆ ਹੋਵੇਗਾ ਕਿ ਦੁਨੀਆ ਦੀ ਸਭ ਤੋਂ ਪਹਿਲੀ ਘੜੀ ਕਿਹੜੀ ਸੀ ਔਰ ਇਸ ਘੜੀ ਨੂੰ ਕਿਸਨੇ ਬਣਾਇਆ ਸੀ ਔਰ ਕਦੋਂ ਬਣਾਇਆ ਸੀ। ਜੇਕਰ ਤੁਸੀਂ ਵੀ ਇਸ ਘੜੀ ਦੇ ਇਤਿਹਾਸ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਅੱਜ ਦੀ ਮੇਰੀ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਇਸੇ ਟੌਪਿਕ 'ਤੇ ਗੱਲ ਕਰਾਂਗੀ। ਹੈਲੋ ਫਰੈਂਡ, ਮੈਂ ਹਾਂ ਸੁਖਵੀਰ ਕੌਰ, ਤੁਸੀਂ ਦੇਖ ਰਹੇ ਹੋ ਇਨਫੋ ਸਿੰਘ ਯੂਟਿਊਬ ਚੈਨਲ। ਅੱਜ ਤੋਂ 1000 ਸਾਲ ਪਹਿਲਾਂ ਜਦੋਂ ਸੱਭਿਅਤਾ ਦਾ ਜਨਮ ਨਹੀਂ ਹੋਇਆ ਸੀ ਉਸ ਸਮੇਂ ਦੇ ਲੋਕ ਟਾਈਮ ਅਤੇ ਦਿਨ ਬੀਤਣ ਦਾ ਅਨੁਮਾਨ ਕਿਸ ਤਰ੍ਹਾਂ ਲਗਾਉਂਦੇ ਹੋਣਗੇ? ਇਹ ਸਵਾਲ ਹਰ ਇੱਕ ਦੇ ਮਨ ਵਿੱਚ ਆ ਸਕਦਾ ਹੈ ਤੇ ਆਉਂਦਾ ਵੀ ਹੋਵੇਗਾ। ਲੇਕਿਨ ਜਦੋਂ ਦੁਨੀਆ ਦੀ ਸਭ ਤੋਂ ਪਹਿਲੀ ਘੜੀ ਦਾ ਨਾਮ ਲਿਆ ਜਾਂਦਾ ਹੈ ਤਾਂ ਲੋਕਾਂ ਵੱਲੋਂ ਪੀਟਰ ਹੈਨਲੈਨ ਨੂੰ ਹੀ ਇਸ ਘੜੀ ਦਾ ਨਿਰਮਾਤਾ ਮੰਨਿਆ ਜਾਂਦਾ ਹੈ। ਪੀਟਰ ਹੈਨਲੈਨ ਦਾ ਜਨਮ 1480 ਤੋਂ 1485 ਦੇ ਵਿੱਚ ਨਿਊਰਮਬਰਗ ਦੇ ਵਿੱਚ ਹੋਇਆ ਸੀ। ਇਹ ਘੜੀ ਉਹਨਾਂ ਦੀ ਪਰਸਨਲ ਘੜੀ ਮੰਨੀ ਜਾਂਦੀ ਹੈ। ਇਸ ਘੜੀ ਨੂੰ ਦੁਨੀਆ ਦੀ ਸਭ ਤੋਂ ਪਹਿਲੀ ਅਤੇ ਪੁਰਾਣੀ ਘੜੀ ਮੰਨਿਆ ਜਾਂਦਾ ਹੈ। ਦੁਨੀਆ ਦੀ ਸਭ ਤੋਂ ਪੁਰਾਣੀ ਘੜੀਆਂ 'ਤੇ ਰਿਸਰਚ ਕਰ ਰਹੀ ਕਮੇਟੀ ਨੇ ਜਰਮਨ ਦੇ ਨਿਊਰਮਬਰਗ ਵਿੱਚ ਕਿਹਾ ਹੈ ਕਿ ਸੇਬ ਦੇ ਆਕਾਰ ਵਰਗੀ ਪਮੈਂਡਰ ਘੜੀ ਦੁਨੀਆ ਦੀ ਸਭ ਤੋਂ ਪੁਰਾਣੀ ਘੜੀ ਹੈ। ਇਸ ਕਮੇਟੀ ਵਿੱਚ ਹਰਮਨ ਗ੍ਰਾਇਬ ਅਤੇ ਡਾਕਟਰ ਪੀਟਰ ਮਿਲੀਕੇਸ਼ਨ ਵਰਗੇ ਵਿਸ਼ੇਸ਼ਗ ਸ਼ਾਮਿਲ ਹਨ। ਤੇ ਹੁਣ ਅਸੀਂ ਗੱਲ ਕਰਦੇ ਹਾਂ ਪਮੈਂਡਰ ਘੜੀ ਦੁਨੀਆ ਦੇ ਸਾਹਮਣੇ ਕਿਸ ਤਰ੍ਹਾਂ ਆਈ। ਘੜੀ ਬਣਾਉਣ ਵਾਲੇ ਇੱਕ ਵਿਅਕਤੀ ਨੇ ਲੰਡਨ ਦੇ ਕਵਾੜੀ ਮਾਰਕੀਟ ਦੇ ਵਿੱਚੋਂ ਇੱਕ ਬਾਕਸ ਖਰੀਦਿਆ ਸੀ ਜਿਸ ਵਿੱਚ ਕਈ ਧਾਤਾਂ ਦੇ ਟੁਕੜੇ ਵੀ ਸਨ ਤੇ ਕਈ ਘੜੀਆਂ ਦੇ ਹਿੱਸੇ ਵੀ ਸਨ। ਇਹ ਬਾਕਸ ਸਨ 1987 ਦੇ ਵਿੱਚ 10 ਪਾਉਂਡ ਦਾ ਖਰੀਦਿਆ ਸੀ। ਇਸ ਬਾਕਸ ਦੇ ਵਿੱਚ ਇਹ ਘੜੀ ਵੀ ਮਿਲੀ ਸੀ। ਉਸਨੇ ਇਹ ਘੜੀ 2002 ਵਿੱਚ ਵੇਚ ਦਿੱਤੀ, ਜਿਸ ਤੋਂ ਬਾਅਦ ਦੇ ਵਿੱਚ ਇਸ ਘੜੀ ਨੂੰ ਅਗਲੇ ਮਾਲਕ ਨੇ ਵੀ ਵੇਚ ਦਿੱਤਾ। ਯਾਨੀ ਕਿ ਜਿਸਨੇ ਇਹ ਘੜੀ ਨੂੰ ਖਰੀਦਿਆ ਸੀ ਉਸਨੇ ਵੀ ਅੱਗੇ ਵੇਚ ਦਿੱਤਾ, ਫਿਰ ਅਗਲੇ ਮਾਲਕ ਨੇ ਇਸ ਘੜੀ ਨੂੰ ਰਿਸਰਚ ਦੇ ਲਈ ਰੱਖ ਲਿਆ। ਇਹ ਘੜੀ ਸੋਨੇ ਤੇ ਕਾਪਰ ਦੀ ਬਣੀ ਹੋਈ ਹੈ। ਇਹ ਘੜੀ ਤੇ MD BPH ਅਤੇ N ਲਿਖਿਆ ਹੋਇਆ ਹੈ। ਇਹ ਘੜੀ ਸੰਨ 1505 ਦੇ ਵਿੱਚ ਬਣੀ ਸੀ। ਮੌਜੂਦਾ ਸਮੇਂ ਦੇ ਵਿੱਚ ਇਸ ਘੜੀ ਦੀ ਕੀਮਤ 30 ਤੋਂ 50 ਮਿਲੀਅਨ ਡਾਲਰ ਹੈ। ਸੋ ਦੋਸਤੋ, ਇਹ ਸੀ ਪਮੈਂਡਰ ਘੜੀ ਦੇ ਬਾਰੇ ਕੁਝ ਇਨਫੋਰਮੇਸ਼ਨ। ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਜੇਕਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਜੇ ਤੁਹਾਨੂੰ ਮੇਰੀ ਵੀਡੀਓ ਵਿੱਚ ਕੋਈ ਗਲਤੀ ਲੱਗਦੀ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਤਾਂ ਕਿ ਮੈਂ ਆਪਣੀ ਆਉਣ ਵਾਲੀ ਵੀਡੀਓ ਦੇ ਵਿੱਚ ਉਸ ਗਲਤੀ ਨੂੰ ਸੁਧਾਰ ਸਕਾਂ ਅਤੇ ਦੁਬਾਰਾ ਉਸ ਗਲਤੀ ਨੂੰ ਰਿਪੀਟ ਨਾ ਕਰਾਂ। ਮੇਰੀ ਪੂਰੀ ਵੀਡੀਓ ਵੇਖਣ ਦੇ ਲਈ ਮੈਂ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ। ਸੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਇੱਕ ਨਵੇਂ ਟੌਪਿਕ ਦੇ ਨਾਲ। ਸੋ ਦੋਸਤੋ, ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰਨ ਜਾ ਰਹੀ ਹਾਂ ਪੰਜਾਬ ਦੇ ਇਤਿਹਾਸ ਬਾਰੇ। ਆਇਨ-ਏ-ਅਕਬਰੀ ਵਿੱਚ ਅਬੁਲ ਫਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਪਹਿਲਾ ਲਾਹੌਰ, ਦੂਸਰਾ ਮੁਲਤਾਨ। ਇਹ ਆਇਨ-ਏ-ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫਜ਼ਲ ਨੇ